ਨਹੀਂ ਅੱਜ ਤੂੰ ਖਵਾ ਹੀ ਥੋੜਾ ਚੁੱਪ ਕੀ ਖਾਣਾ ਹੈ ਚੱਲ ਆ ਨਾ ਚੈੱਕ ਕਰਨੇ ਆ ਆਖਾ ਲਈ ਰੱਖੀ ਪੈਸੇ ਤੋਂ ਨਹੀਂ ਮੇਰੇ ਨਾ 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 ਕੀ ਖਾਣਾ ਆ ਨਾ ਕਹਿ ਲੈ ਯਾਰ ਨਾ ਬਲੇ ਕੰਮ ਬਾੜੀ ਬਣਾਓ ਨਾ 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 ਕੀ ਦੇ ਦਿਓ ਦਲ ਕੇ ਨਾ ਤੂੰ ਦੱਸ ਨਾ ਤੂੰ ਆ ਹੈ ਖਾਣੀ ਹੈ ਦੱਸ ਕੇ ਨਾ ਨਹੀਂ ਖਾ ਕੱਢ ਦੂ ਬਾਹਰ ਆ ਹੋਰ ਵੇ ਬਿੱਕਰ ਚਿੱਕਰ ਕਰਦੇ ਹੋ ਨਾ ਜਲਦੀ ਕਰੇ ਹੋ ਗਿਆ ਦੋ ਪੂਰਾ ਹੋ ਗਿਆ ਦਿਓ ਭਾਈ ਪੈ ਛਾਪਰ ਠੀਕ ਆ ਜੀ ਠੀਕ ਓਕੇ ਜੀ ਮੋਟਾ ਕੰਮ ਆ ਜਾਂਦੇ ਨਾਲ ਪੰਜ ਸੌ ਰੁਪਏ ਦਿੱਤਾ ਨੀ ਨੁਕਸਾਨ ਨੂੰ ਛੋੜੋ ਵੀ ਤੇ ਗਰੀਬਾਂ ਨੂੰ ਖਾਂਦੇ ਹੋਣ ਨਾ ਅਸਾਂ ਖਾ ਲਿਆ ਤੇ ਨੁਕਸਾਨ ਹੋ ਗਿਆ ਇਸ ਗੱਲ ਦਾ ਵੀ ਨੁਕਸਾਨ ਹੋ ਜਾਏਗਾ ਹੈਲੋ ਮੋਬਾਈਲ ਟੁੱਟ ਗਏ ਇਹ ਉਹਨੇ ਸਹੀ ਆਖਿਆ ਸੀ ਨਾ 500 ਦਾ ਤਾਂ ਨੁਕਸਾਨ ਹੈ ਤੁਹਾਡਾ ਘਰਾਂ ਦਾ ਹੋਏਗਾ ਨੁਕਸਾਨ 2 ਰੁਪਏ ਕੀਮਤ ਮਰੋ 5 ਦਾ ਨੁਕਸਾਨ ਜਿਹੜਾ ਹੋ ਗਿਆ ਨਾ ਨੁਕਸਾਨ ਕਿਹੜਾ ਉਹ ਸਹੀ ਕਿ ਆਇਆ ਐ ਨਾ ਕੋਈ ਹੋਰ ਲੰਮਾ ਨੁਕਸਾਨ ਹੋ ਜਾ ਬਾਬਾ ਹੈ ਚੱਲੇ ਉਹਨੂੰ ਰੋਕ ਦਾਨੀ ਓਏ ਦਾਨੀ ਓਏ ਕੀ ਦਾਨੀ ਤੇਰਾ ਕੰਮ ਨਾ ਨੁਕਸਾਨ ਹੋ ਗਿਆ ਜਮਾ ਕੋਈ ਨੁਕਸਾਨ ਹੋ ਜਾਣਾ ਜਾ ਰਹੇ ਹਾਂ ਮੈਨੂੰ ਯਾਦ ਆਇਆ ਮੈਂ ਆਇਆ ਮੈਂ ਜਾ ਕੇ ਵਾਪਸ ਇੰਨੇ ਪੈਸੇ
ਮਾਦਰਤਾਰ ਦਵਾ ਕਰੇ ਹੋਰ ਤੋਂ ਨੁਕਸਾਨ ਨਾ ਹੋਵੇ ਕਿਉਂਕਿ ਅੱਗੇ 5000 ਦਾ ਹੋ ਗਿਆ ਸੋ ਮਗਰ ਇਹ ਦੇ ਆਖਰੀ ਜਾਣਾ ਜਾਇਆ ਖੁਦ ਪਰੇਸ਼ਾਨ ਸੀ ਤਨਖਾਹ ਵੀ ਕੱਟਣਾ ਨਹੀਂ ਤੁਹਾਡੇ ਤਨਖਾਹ ਨਹੀਂ ਹੋਣੇ ਦਿਹਾੜ ਨਹੀਂ ਹੋਣੇ ਜਿੰਨਾ ਤੁਹਾਨੂੰ ਨੁਕਸਾਨ ਹੋ ਜਾਏ ਤੇ ਮੈਂ ਪਰੇਸ਼ਾਨ ਨਾ ਹੋ ਮੇਰਾ 500 ਰੁਪਇਆ ਜਾਂਦਾ ਹੈ ਵਾਦਰ ਭਾਈਆਂ ਨੂੰ ਆਪਣੀ ਚੀਜ਼ ਵਾਪਸ ਅੱਜ ਤੁਸੀਂ ਸੋ ਰਸੋ ਠੀਕ ਹੈ ਖੁਸ਼ ਹੋ ਹਮੇਸ਼ਾ ਕਿਸੇ ਗਰੀਬ ਦਾ ਹੱਕ ਨਾ ਖਾਏ।